ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ। ਅੱਜ ਦੋਸਤੋ ਅਸੀਂ ਮੈਂ ਇੱਕ ਐਸਾ ਕੰਟਰੀ ਲੈ ਕੇ ਆਇਆ ਵਾਂ ਜਿਹੜਾ ਮੇਰੇ ਹਿਸਾਬ ਦੇ ਨਾਲ ਯੂਕੇ ਨਾਲੋਂ ਬਿਹਤਰ ਆ, ਪੈਸਿਆਂ ਦੇ ਮਾਮਲੇ ਦੇ ਵਿੱਚ ਵੀ, ਰਹਿਣ ਦੇ ਮਾਮਲੇ ਦੇ ਵਿੱਚ ਵੀ, ਅਤੇ ਅਗਰ ਤੁਸੀਂ ਫੈਮਲੀ ਉੱਥੇ ਮੂਵ ਕਰਨੀ ਆ ਉਹਦੇ ਮਾਮਲੇ ਦੇ ਵਿੱਚ ਵੀ। ਵੀਡੀਓ ਮੈਂ ਛੋਟੀ ਜਿਹੀ ਬਣਾਊਂਗਾ ਮੁਕਤਸਰ ਜਿਹੀ, ਵੀਡੀਓ ਨੂੰ ਐਂਡ ਤੱਕ ਦੇਖਣਾ। ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ। ਅਤੇ ਜਿਹੜੇ ਮੇਰੇ ਨਵੇਂ ਆਉਣ ਵਾਲੇ ਦੋਸਤ ਆ, ਵੈਲਕਮ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼, ਐਂਡ ਥੈਂਕ ਯੂ। ਚਲੋ ਜੀ, ਅੱਜ ਦੀ ਵੀਡੀਓ ਦੀ ਤਰਫ ਚੱਲਦੇ ਹਾਂ। ਅੱਜ ਮੈਂ ਜਿਹੜਾ ਕੰਟਰੀ ਲੈ ਕੇ ਆਇਆ ਵਾਂ ਇਹ ਕੰਟਰੀ ਯੂਕੇ ਨਾਲੋਂ ਬਿਹਤਰ ਆ। ਬਿਲਕੁਲ ਤੁਸੀਂ ਠੀਕ ਸੁਣਿਆ ਜੀ, ਯੂਕੇ ਨਾਲੋਂ ਬਿਹਤਰ ਆ। ਆਸਟ੍ਰੇਲੀਆ ਦੀ ਮੈਂ ਗੱਲ ਕਰ ਰਿਹਾ, ਅਤੇ ਦੁਨੀਆ ਦੀ ਐਕਸਪੈਂਸਿਵ ਲੈਂਡ ਆ ਇਹ। ਮੈਂ ਨਹੀਂ ਕਹਿ ਰਿਹਾ ਕਿ ਜਿੰਨੇ ਵੀ ਯੂਰੋਪੀਅਨ ਆ, ਈਵਨ ਦੋ ਕਿ ਅਮੈਰੀਕਨ ਕੈਨੇਡੀਅਨ ਪੀਪਲ ਵੀ ਇਹੀ ਕਹਿੰਦੇ ਆ ਕਿ ਇਹ ਦੁਨੀਆ ਦੀ ਮਹਿੰਗੀ ਤਰੀਨ ਲੈਂਡ ਆ, ਇਹਦਾ ਲਿਵਿੰਗ ਸਟੈਂਡਰਡ ਬਹੁਤ ਹਾਈ ਹੈ, ਅਤੇ ਉਸ ਹਿਸਾਬ ਦੇ ਨਾਲ ਇਹਨਾਂ ਦੀ ਪੇ ਵੀ ਬਹੁਤ ਹਾਈ ਆ। ਇਹ ਪੇ ਬਹੁਤ ਜ਼ਿਆਦਾ ਦਿੰਦੇ, ਇਹਨਾਂ ਦੀ ਮਿਨੀਮਮ ਵੇਜਸ ਜਿਹੜੀ ਆ ਅਰਾਊਂਡ $50,000 ਜਿਹੜੇ ਆਸਟ੍ਰੇਲੀਅਨ ਡਾਲਰ ਤੋਂ ਸ਼ੁਰੂ ਹੋ ਕੇ $60,000 ਤੱਕ ਜਾਂਦੀ ਹੈ, ਡਿਪੈਂਡ ਔਨ ਯੋਰ ਜੋਬ। ਇਹ ਡਿਪੈਂਡ ਕਰਦਾ ਤੁਹਾਡੀ ਜੋਬ ਕਿਹੜੀ ਆ ਉਸ ਹਿਸਾਬ ਦੇ ਨਾਲ। ਅਤੇ ਜੀ ਇਹਦੇ ਬਾਰੇ ਅਸੀਂ ਅੱਜ ਗੱਲ ਕਰਦੇ ਹਾਂ। ਇਹਨਾਂ ਨੇ 5 ਲੱਖ ਜਿਹੜਾ ਵਾ ਨਾ, 500,000 ਜਿਹੜਾ ਵਾ ਲੇਬਰ ਵੀਜ਼ਾ, ਜਾਂ ਜਿਹੜੀ ਤੁਸੀਂ ਕਹਿੰਦੇ ਕਿ ਸਪੈਸੀਫਿਕ ਕੈਟਾਗਰੀ ਦਾ ਵੀਜ਼ਾ, ਇਹਨਾਂ ਨੇ ਨੋਨ EU ਨੈਸ਼ਨਲ ਨੂੰ ਦੇਣ ਲਈ ਇਹਨਾਂ ਨੇ ਪ੍ਰੋਮਿਸ ਕੀਤਾ ਵਾ, ਜਿਹਦੇ ਵਿੱਚ ਅਸੀਂ ਮੋਸਟਲੀ ਗੱਲ ਕਰਦੇ ਹਾਂ ਇੰਡੀਆ ਪਾਕਿਸਤਾਨ ਦੀ। ਜੀ ਦੋਸਤੋ ਅਸੀਂ ਅੱਜ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਇਹਨਾਂ ਨੇ ਜੇ ਲੇਬਰ ਐਗਰੀਮੈਂਟ ਜਿਹੜਾ ਵਾ ਨਾ ਉਹ ਬਣਾਇਆ ਵਾ ਨੋਨ EU ਨੈਸ਼ਨਲ ਵਾਸਤੇ, ਅਤੇ ਇਹ ਸਪੋਂਸਰਸ਼ਿਪ ਵੀਜ਼ਾ ਹੁੰਦਾ ਵਾ, ਅਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰਾਂਗੇ। ਅਤੇ ਇਹਦੇ ਵਿੱਚ ਇਹਨਾਂ ਨੇ ਜਿਹੜੇ 5 ਲੱਖ ਵੀਜ਼ਿਆਂ ਦੀ ਅਸੀਂ ਗੱਲ ਕੀਤੀ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਹੈ ਨਾ ਹੈਲਥ ਕੇਅਰ ਵਰਕਰ ਦੀ ਆ, ਉਹਨਾਂ ਨੂੰ ਜ਼ਿਆਦਾ ਇਹ ਰੈਕਰੂਟ ਕਰ ਰਹੇ ਆ। ਖੈਰ ਆਸਟ੍ਰੇਲੀਆ ਦੇ ਵਿੱਚ ਨਹੀਂ, ਪੂਰੀ ਵਰਲਡ ਦੇ ਵਿੱਚ ਅਸੀਂ ਅੱਜ ਕਿਉਂਕਿ ਗੱਲ ਕਰਾਂਗੇ ਆਸਟ੍ਰੇਲੀਆ ਦੀ, ਇਸ ਕਰਕੇ ਆਸਟ੍ਰੇਲੀਆ ਨੇ ਮੋਸਟਲੀ ਜਿਹੜੇ ਆ ਨਾ ਤਕਰੀਬਨ 3 ਲੱਖ ਦੇ ਕਰੀਬ ਉਹ ਹੈਲਥ ਕੇਅਰ ਵਰਕਰ ਆ ਉਹਨਾਂ ਵਾਸਤੇ। ਅੱਛਾ, ਉੱਥੇ ਨਾ ਜਿਹੜੇ ਰਜਿਸਟਰਡ ਅਤੇ ਵੱਡੇ ਜਿਹੜੇ ਆ ਕੇਅਰ ਹੋਮ ਕਹਿੰਦੇ ਆ ਕੁਛ ਲੋਕ ਨਰਸਿੰਗ ਹੋਮ ਕਹਿੰਦੇ ਆ, ਕੁਛ ਕੰਟਰੀਆਂ ਕਹਿੰਦੀਆਂ ਕਿ ਓਲਡ ਏਜ ਹੋਮ। ਇਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿੰਦਾ, ਸਾਡੇ ਸ਼ਾਇਦ ਕੁਛ ਲੋਕ ਨਹੀਂ ਜਾਣਦੇ ਹੋਣ। ਜਿਹੜਾ ਨਰਸਿੰਗ ਹੋਮ ਹੁੰਦਾ ਨਾ, ਜਾਂ ਓਲਡ ਏਜ ਹੋਮ ਹੁੰਦਾ ਵਾ, ਜਾਂ ਕੇਅਰ ਹੋਮ ਹੁੰਦਾ, ਉੱਥੇ ਉਹ ਹੁੰਦਾ ਹੈ ਲੋਕ ਜਿਹੜੇ ਓਲਡਰ ਪੀਪਲ ਸਿਟੀਜ਼ਨ ਜਿਹੜੇ ਹੁੰਦੇ ਨਾ ਉਹ ਰਹਿੰਦੇ ਆ। ਉਹ ਮਤਲਬ ਹੋ ਸਕਦਾ ਕਿ ਡਿਸੇਬਲ ਵੀ ਹੋਣ, ਸਲੋ ਜਿਹਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ ਨੀਡ ਵੀ ਹੋਣ, ਅਤੇ ਜਾਂ ਵਾਕਈ ਉਹ ਓਲਡ ਸਿਟੀਜ਼ਨ ਹੋਣ ਜਿਨ੍ਹਾਂ ਦੀ ਘਰਾਂ ਦੇ ਵਿੱਚ ਲੁੱਕ ਆਫਟਰ ਨਹੀਂ ਹੋ ਸਕਦੀ ਅਤੇ ਕਿਸੇ ਵੀ ਵਜ੍ਹਾ ਤੋਂ। ਅਤੇ ਇੱਥੇ ਯੂਰਪ ਦੇ ਵਿੱਚ ਵੀ, ਪੂਰੀ ਦੁਨੀਆ ਦੇ ਵਿੱਚ, ਇੰਡੀਆ ਪਾਕਿਸਤਾਨ ਦੇ ਵਿੱਚ ਸਾਡਾ ਜਿਹੜਾ ਵਾ ਨਾ ਕਲਚਰ ਜਾਂ ਫੈਮਲੀ ਸਿਸਟਮ ਉਹ ਬੜਾ ਸਟਰੋਂਗ ਆ, ਅਤੇ ਇੱਥੇ ਇਹਨਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਆ। ਅਤੇ ਇਸ ਕਰਕੇ ਖੈਰ ਗੱਲ ਕਿਤੇ ਹੋਰ ਚੱਲ ਜਾਣੀ ਆ। 40 ਕਮ ਅਜ਼ ਕਮ ਜਿਹੜੇ ਕੇਅਰ ਹੋਮ ਆ ਜਿਹੜੇ ਇਹ ਸਪੋਂਸਰਸ਼ਿਪ ਦੇ ਰਹੇ ਆ, ਉਹਦਾ ਕ੍ਰਾਈਟੇਰੀਆ ਕੀ ਆ, ਰਿਕੁਆਇਰਮੈਂਟ ਕੀ ਆ, ਤੁਸੀਂ ਵੀਜ਼ਾ ਕਿਸ ਤਰ੍ਹਾਂ ਅਪਲਾਈ ਕਰਨਾ। ਨਹਾਇਤ ਸਾਦਾ ਵਾ, ਇਹ ਬਹੁਤ ਈਜ਼ੀ ਆ, ਤੁਸੀਂ ਕਰ ਸਕਦੇ ਆ ਇਹਦੀ ਅਪਲਾਈ ਆਪਣੀ ਮਦਦ ਆਪ ਦੇ ਤਹਿਤ।
ਉਹੀ ਇਹਦੇ ਵਿੱਚ ਰੋਕਟ ਸਾਇੰਸ ਨੇਗੇ। ਅੱਛਾ ਦੋਸਤੋ, ਮੈਂ ਤੁਹਾਨੂੰ ਨਾ ਸਭ ਤੋਂ ਪਹਿਲਾਂ ਉਹ ਕੰਪਨੀਆਂ ਦੇ ਬਾਰੇ ਦੱਸ ਦਿੰਦਾ ਵਾਂ, 40 ਕੰਪਨੀਆਂ ਦਾ ਦੋਸਤੋ ਮੈਂ ਨਾਮ ਲਊਂਗਾ, ਵੀਡੀਓ ਬਹੁਤ ਲੰਬੀ ਹੋ ਜਾਣੀ ਹੈ, ਮੈਂ ਤੁਹਾਨੂੰ 5 ਕੁ ਦੱਸ ਦਿੰਦਾ ਵਾਂ। ਇੱਕ ਜਿਹੜੀ ਆ ਉਹ ਹੈਗੀ ਆ ਮਤਲਬ ਫਿਨਲੇ ਰੀਜਨਲ ਕੇਅਰ, ਮੈਂ ਨਾ ਖੈਰ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਕਰੀਨ 'ਤੇ ਵੀ ਚਲਾ ਦੇਵਾਂ। ਦੂਸਰੀ ਹੈਗੀ ਆ ਜੀ ਲਿੰਕ ਕੇਅਰ ਲਿਮਿਟਡ, ਤੀਸਰੀ ਹੈਗੀ ਆ ਮਾਰੂਬਾ MARUBA ਮਾਰੂਬਾ, ਚੌਥੀ ਹੈਗੀ ਆ ਹੋਮ ਕੇਅਰ ਹੈਲਪਰਸ ਲਿਮਿਟਡ, ਅਤੇ ਪੰਜਵੀਂ ਹੈਗੀ ਆ ਕਲੋਮਾ ਹੋਮ ਫੋਰ ਦਾ ਏਜਡ। ਇਹ ਜੀ 5 ਕੰਪਨੀਆਂ ਵਾ, ਬਹੁਤ ਈਜ਼ੀ ਆ ਇਹਨੂੰ ਅਪਲਾਈ ਕਰਨਾ ਉੱਥੇ। ਇਹਨਾਂ ਦੀ ਅਗਰ ਤੁਸੀਂ ਇਹ ਡਾਇਰੈਕਟ ਰੈਕਰੂਟ ਕਰਦੇ ਆ ਕੰਪਨੀਆਂ ਜਿਹੜੀਆਂ ਨਾ ਨਰਸਿੰਗ ਹੋਮ ਆ ਜਾਂ ਓਲਡ ਏਜ ਹੋਮ ਆ ਜਾਂ ਕੇਅਰ ਹੋਮ ਆ, ਇਹ ਡਾਇਰੈਕਟ ਰੈਕਰੂਟ ਕਰ ਰਹੇ ਆ ਇੰਡੀਆ ਪਾਕਿਸਤਾਨ ਤੋਂ, ਠੀਕ ਆ। ਤੁਸੀਂ ਅਗਰ ਇਹਨਾਂ ਨੂੰ ਗੂਗਲ ਦੇ ਉੱਤੇ ਨਾਂ ਲਿਖੋਗੇ ਨਾ, ਉੱਪਰ ਉਹ ਆ ਜਾਣਾ ਕੈਰੀਅਰ ਆ ਜਾਣਾ ਵਾ ਜਾਂ ਇੰਪਲੋਇਮੈਂਟ ਆ ਜਾਣਾ, ਤੁਸੀਂ ਉਹਨੂੰ ਕਲਿੱਕ ਕਰੋਗੇ, ਥੱਲੇ ਤੁਸੀਂ ਆਪਣੀ CV ਸੈਂਡ ਕਰ ਸਕਦੇ ਆ। ਵੈਰੀ ਈਜ਼ੀ ਆ ਵੇ ਤੁਸੀਂ ਅਪਲਾਈ ਕਰ ਸਕਦੇ ਆ ਜੋਬ। ਅੱਛਾ ਉਹਦਾ ਕ੍ਰਾਈਟੇਰੀਆ, ਕ੍ਰਾਈਟੇਰੀਆ ਉਹਦਾ ਇਤਨਾ ਉਹ ਨਹੀਂ ਆ, ਮੁਸ਼ਕਲ ਨਹੀਂ ਆ, ਉਹਦੇ ਵਿੱਚ ਸਿਰਫ ਆ ਜਿਹੜੀ ਹੈ ਨਾ ਜ਼ਬਾਨ ਦਾ ਮਸਲਾ ਬਣਨਾ ਵਾ, ਉਹਨਾਂ ਨੂੰ ਅਗਰ ਤੁਸੀਂ ਆਈਲੈਟਸ ਕੀਤਾ ਵਾ ਦੀ ਬੈਸਟ ਆ, ਨਹੀਂ ਤਾਂ PTE ਕੋਰਸ ਕੀਤਾ ਵਾ ਜਿਹਦੇ ਵਿੱਚ 51 ਤੋਂ ਲੱਗਦਾ 51-52 ਅਗਰ ਤੁਹਾਡੇ ਹੈਗੇ ਆ ਨਾ ਸਕੋਰ ਉਹਦਾ, ਵੈਲ ਡਨ ਆ, ਠੀਕ ਆ। ਜਾਂ ਤੁਸੀਂ ਓ ਲੈਵਲ ਜਾਂ ਏ ਲੈਵਲ ਆਪਣਾ ਤੁਸੀਂ ਇੰਟਰ ਤਿਕਰ ਕੀਤਾ 12ਵੀਂ ਤਿਕਰ, ਫਿਰ ਇਹ ਅਗਰ ਤੁਸੀਂ ਬੋਲਣ ਚਾਲਣ ਦੇ ਵਿੱਚ ਠੀਕ ਹੋ ਅਤੇ ਇਹ ਆਈਲੈਟਸ ਦੀ ਵੀ ਜ਼ਰੂਰਤ ਕੋਈ ਨਹੀਂ ਗੀ। ਅੱਛਾ ਉਹਦੇ ਵਿੱਚ ਇੱਕ ਕੋਰਸ ਹੁੰਦਾ ਵਾ ਜਿਹੜਾ ਹੈਲਥ ਕੇਅਰ ਵਰਕਰ ਦਾ ਕੋਰਸ ਹੁੰਦਾ ਐਂਟਰੀ ਲੈਵਲ ਦਾ, ਉਹ ਲਾਜ਼ਮੀ ਹੋ ਤੁਸੀਂ ਕੀਤਾ ਹੋਵੇ ਅਤੇ ਮੁੜ ਕੇ ਤੁਹਾਡਾ ਐਕਸਪੀਰੀਅੰਸ ਕਾਊਂਟ ਹੁੰਦਾ ਵਾ, ਠੀਕ ਆ। ਉਸ ਤੋਂ ਬਾਅਦ ਤੁਹਾਡਾ ਜਿਹੜਾ ਹੁੰਦਾ ਨਾ ਪੋਲਿਸ ਕਲੀਅਰੈਂਸ ਰਿਪੋਰਟ, ਸਾਡੇ ਇੱਥੇ ਕਹਿੰਦੇ ਗਾਡਾ ਬੈਟਿੰਗ ਇੰਗਲੈਂਡ ਦੇ ਵਿੱਚ, ਆਇਰਲੈਂਡ ਦੇ ਵਿੱਚ ਪੋਲਿਸ ਕਲੀਅਰੈਂਸ ਰਿਪੋਰਟ ਨੂੰ, ਅਤੇ ਉੱਥੇ ਉਹ ਕਹਿੰਦੇ ਆ ਕਿ ਪੋਲਿਸ ਚੈੱਕ ਰਿਪੋਰਟ ਹੁੰਦੀ ਆ ਤੁਹਾਡੇ ਹੋਮਲੈਂਡ ਦੇ ਵਿੱਚੋਂ, ਉਹ ਜ਼ਰੂਰੀ ਆ। ਅਗਰ ਤੁਸੀਂ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਵਾ ਫੁੱਲ ਪਲੱਸ ਪੁਆਇੰਟ ਆ, ਅਗਰ ਨਹੀਂ ਹੈ ਡਜ਼ਨ ਮੈਟਰ, ਕੋਈ ਮੁਸ਼ਕਲ ਨਹੀਂ ਗਾ। ਅਤੇ ਇਹ ਜੀ ਉਹਨਾਂ ਦਾ ਤਕਰੀਬਨ ਸਾਰੇ ਜਿੰਨੇ ਵੀ ਕੇਅਰ ਹੋਮ ਆ ਉੱਥੇ ਨਰਸਿੰਗ ਹੋਮ ਆ, ਉਹਨਾਂ ਦਾ ਇਹ ਕ੍ਰਾਈਟੇਰੀਆ ਤਕਰੀਬਨ ਆਹ ਹੀ ਆ, ਠੀਕ ਆ। ਅਤੇ ਉੱਥੇ ਜਿਹੜਾ ਤੁਹਾਨੂੰ ਮੈਂ ਕੋਰਸ ਵੀ ਦੱਸ ਦਿੱਤਾ, ਇਹ ਕੋਰਸ ਵੀ ਲਾਜ਼ਮੀ ਆ ਉਹਦੇ ਵਿੱਚ। ਹੁਣ ਤੁਸੀਂ ਦੋਸਤੋ ਜਿਨ੍ਹਾਂ ਲੋਕਾਂ ਦੇ ਕੋਲ ਇਹ ਡਾਕੂਮੈਂਟਸ ਹੈਗੇ ਆ, ਤੁਸੀਂ ਇਹ ਲਾਜ਼ਮੀ 5 ਦੇ ਵਿੱਚ ਹੀ ਬਿਸ਼ੱਕ ਅਪਲਾਈ ਕਰੋ, ਈਵਨ 2-40 ਦੇ ਵਿੱਚ ਹੀ ਅਪਲਾਈ ਕਰੋ। CV ਸਟਰੋਂਗ ਹੋਣੀ ਚਾਹੀਦੀ ਆ, ਬਹੁਤ ਬਿਹਤਰੀਨ, ਤੁਸੀਂ ਕਿਉਂਕਿ ਤੁਹਾਡੇ ਆ ਤੁਹਾਨੂੰ ਉਹ ਰਿਪ੍ਰਜੈਂਟ ਕਰਦੇ ਆ, ਅਤੇ ਤੁਸੀਂ CV ਸਟਰੋਂਗ ਬਣਾਓ, ਅਪਲਾਈ ਕਰੋ, ਇਨਸ਼ਾਅੱਲਾ ਤਾਲਾ ਤੁਹਾਨੂੰ ਇਹਦਾ ਜਵਾਬ ਬਿਹਤਰੀਨ ਆਏਗਾ। ਤੁਹਾਨੂੰ ਮੈਨੂੰ ਉਮੀਦ ਆ ਅਗਰ ਤੁਹਾਡੇ ਵਿੱਚ ਐਬਿਲਿਟੀ ਆ ਤੁਸੀਂ ਜੋਬ ਵੀ ਹਾਸਲ ਕਰ ਲਓਗੇ। ਸਪੋਂਸਰ ਲੈਟਰ ਚਾਹੀਦਾ ਵਾ, ਜੋਬ ਕੰਟਰੈਕਟ ਚਾਹੀਦਾ ਵਾ, ਅਤੇ ਜੋਬ ਆਫਰ ਲੈਟਰ ਚਾਹੀਦਾ, ਠੀਕ ਆ। ਇਹ ਤੁਹਾਨੂੰ ਚਿੰਨ੍ਹ ਮਿਲ ਜਾਣ, ਵੀਜ਼ਾ ਤੁਹਾਨੂੰ ਇਨਸ਼ਾਅੱਲਾ ਅਗਰ ਤੁਸੀਂ ਆਈਲੈਟਸ ਕੀਤਾ ਵਾ ਜਾਂ ਤੁਸੀਂ PTE ਕੀਤਾ ਵਾ ਜਾਂ ਤੁਸੀਂ ਓ ਲੈਵਲ ਏ ਲੈਵਲ ਪੜ੍ਹੇ ਹੋ ਅਤੇ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਹੈ ਵਾ ਜਿਹੜੇ ਉਹਨਾਂ ਨੂੰ ਚਾਹੀਦੇ ਆ, ਤੁਹਾਨੂੰ ਵੀਜ਼ਾ ਇਜ਼ੀਲੀ ਲੱਭ ਜਾਊਗਾ। ਅੱਛਾ ਡਿਪੈਂਡ ਔਨ ਹੁੰਦਾ ਵਾ ਕਿ ਇਹ ਡਿਪੈਂਡ ਔਨ ਯੋਰ ਇੰਪਲੋਇਰ ਦੇ ਉੱਤੇ, ਤੁਹਾਨੂੰ ਉਹ ਕੁਛ ਦਿਨ ਦਾ ਉਹ ਅਕੋਮੋਡੇਟ ਵੀ ਕਰ ਸਕਦੇ, ਅਕੋਮੋਡੇਸ਼ਨ ਦੇ ਸਕਦੇ ਆ।
ਉਹਨਾਂ ਨੇ ਮਤਲਬ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਦੇਣਗੇ, ਲੇਕਿਨ ਹੋ ਸਕਦਾ ਅਗਰ ਤੁਸੀਂ ਰਿਕੁਐਸਟ ਕਰੋ ਕਿ ਤੁਹਾਨੂੰ ਦੋ ਚਾਰ ਵੀਕ ਵਾਸਤੇ, ਇੱਕ ਵੀਕ ਵਾਸਤੇ, ਦੋ ਵੀਕ ਵਾਸਤੇ ਤੁਹਾਨੂੰ ਅਕੋਮੋਡੇਟ ਕਰ ਸਕਦੇ ਆ, ਅਕੋਮੋਡੇਸ਼ਨ ਦੇ ਸਕਦੇ ਆ, ਨਹੀਂ ਤਾਂ ਤੁਸੀਂ ਆਪਣਾ ਬੰਦੋਬਸਤ ਕਰਕੇ ਜਾਣਾ। ਅੱਛਾ, ਦੂਸਰੀ ਜਿਹੜੀ ਚੀਜ਼ ਹੈਗੀ ਹੈ, ਹੈਲਥ ਇੰਸ਼ੋਰੈਂਸ ਆਪਣੀ ਲਾਜ਼ਮੀ ਤੁਸੀਂ ਲੈ ਕੇ ਜਾਣੀ ਆ, ਪਾਕਿਸਤਾਨ ਤੋਂ ਜਾਂ ਇੰਡੀਆ ਤੋਂ। ਉਹ ਮਿਨੀਮਮ ਜਿਹੜੀ ਹੈ 30,000 ਦੀ ਹੋਣੀ ਚਾਹੀਦੀ ਆ, ਡਾਲਰ ਦੀ, ਜਾਂ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਹੋਵੇ। ਤੁਸੀਂ ਉਹ ਲੈ ਕੇ ਜਾਇਓ, ਖੁਦਾ ਨਾ ਖਾਸਤਾ ਅਗਰ ਤੁਸੀਂ ਬਿਮਾਰ ਹੋ ਜਾਂਦੇ ਜਾਂਦੇ ਆ, ਜਾਂ ਕੁਛ ਮਤਲਬ ਮਸਲਾ ਬਣ ਜਾਂਦਾ, ਤੁਹਾਡੀ ਹੈਲਥ ਇੰਸ਼ੋਰੈਂਸ ਤੁਹਾਨੂੰ ਕਵਰ ਕਰ ਸਕੇ। ਇਹ ਜ਼ਰੂਰੀ ਵੀ ਆ, ਉਹ ਮੰਗਦੇ ਵੀ ਆ, ਠੀਕ ਆ। ਇਹ ਤੁਹਾਡੀ ਆਪਣੀ ਸੇਫਟੀ ਵਾਸਤੇ ਲਾਜ਼ਮੀ ਲੈ ਕੇ ਜਾਇਓ। ਅੱਛਾ, ਇਹਦੇ ਵਿੱਚ ਤੁਹਾਨੂੰ ਪਲੱਸ ਪੁਆਇੰਟ ਇਹ ਆ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਮੂਵ ਕਰ ਸਕਦੇ ਆ। ਦੂਸਰਾ, ਤੁਸੀਂ 2 ਸਾਲ ਇਸ ਹੈਲਥ ਕੇਅਰ ਅਸਿਸਟੈਂਟ ਦੇ ਵੀਜ਼ੇ 'ਤੇ ਲਓ, ਤੁਸੀਂ PR ਵਾਸਤੇ ਐਲੀਜੀਬਲ ਹੋ, ਪਰਮਾਨੈਂਟ ਰੈਜੀਡੈਂਸੀ ਵਾਸਤੇ, ਠੀਕ ਹੈ। ਬਹੁਤ ਈਜ਼ੀ ਵੇ ਹੈਗਾ, ਅਗਰ ਤੁਹਾਡੇ ਵਿੱਚ ਇਹ ਤੁਹਾਡੇ ਕੋਲ ਡਾਕੂਮੈਂਟਸ ਹੈਵ, ਤੁਸੀਂ ਸਮਝਦੇ ਹਾਂ ਤੁਸੀਂ ਇਸ ਕਾਬਲ ਹੋ ਜਾਂ ਤੁਸੀਂ ਐਲੀਜੀਬਲ ਹੋ, ਪਲੀਜ਼ ਇਹਨੂੰ ਅਪਲਾਈ ਕਰਿਓ। ਹੋਪ ਕਿ ਤੁਹਾਨੂੰ ਮੇਰੀ ਜਿਹੜੀ ਵੀਡੀਓ ਉਹ ਪਸੰਦ ਆਈ ਹੋਣੀ ਆ। ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਵੈਰੀ ਮੱਚ ਫਾਰ ਯੂਰ ਟਾਈਮ, ਆਪਣਾ ਖਿਆਲ ਰੱਖਿਓ। ਅਗਲੀ ਵੀਡੀਓ 'ਤੇ ਫਿਰ ਮੈਨੂੰ ਇਜਾਜ਼ਤ ਦਿਓ। ਗੁੱਡ ਲੱਕ।